ਸਤਿਗੁਰੂ ਨੇ ਕਿਹਾ ਨਹੀਂ, ਇਸ ਭਰਮ ਦੇ ਵਿੱਚ ਸਾਰੀ ਜ਼ਿੰਦਗੀ ਅਜਾਈ ਗਵਾ ਦਿੱਤੀ। ਇਹ ਬਚਨ ਪੜ੍ਹਦੇ ਹਾਂ, ਜਬ ਕੰਮ ਕੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ, ਅਨਲ ਅਗਮ ਜੈਸੇ ਲਹਿਰ ਮੈਂ ਉਦਦ, ਜਲ ਕੇਵਲ ਜਲ ਮਾਹੀ। ਇਹ ਬਚਨ ਕੀਤਾ ਮਾਧਵੇ, ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਭਰਮ ਕੀ ਹੈ? ਅਸਲ ਵਿੱਚ ਜੋ ਅਸੀਂ ਮੰਨਦੇ ਹਾਂ ਉਹ ਹੈ ਨਹੀਂ। ਅਸੀਂ ਮੰਨਦੇ ਹਾਂ ਕਿ ਜੀਵਨ ਸਦਾ ਥਿਰ ਰਹੇਗਾ, ਪਰ ਨਹੀਂ, ਇੱਕ ਦਿਨ ਵਿਗਸ ਜਾਏਗਾ। ਸਗਲ ਸਮਗਰੀ ਤੁਮਰ ਸੁਧਰ ਤਾਰੇ, ਤੁਮ ਤੇ ਹੋਏ ਸੋ ਅਗਿਆਨੀ, ਤੁਮਰੀ ਗਤ ਮਿਤ ਤੁਮਹੀ ਜਾਣੀ, ਨਾਨਕ ਦਾਸ ਸਦਾ ਕੁਰਬਾਨੀ। ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਾਹਿਬ, ਵਾਹ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੇਂ ਪ੍ਰਪੰਚਨ ਹਰਗੋਬਿੰਦ ਨਾਮ ਸਿੰਘ ਸ੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਦੇ ਅਜੇ ਜਿਸ ਡੱਠੇ ਸਭ ਦੁੱਖ ਜਾਏ, ਤੇ ਗੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ, ਜਿਨ੍ਹਾਂ ਗੁਰਮੁਖਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡ ਕੀਤਾ, ਬਖਸ਼ੀ ਉਸਨੂੰ ਬਤੀਤ ਕਰਦਿਆਂ ਹੋਇਆ ਪਿਛਲੇ ਦਿਨੀਆਂ ਕਾਲ ਚਲਾਣਾ ਕਰਕੇ ਸੰਤ ਸਤਿਗੁਰੂ ਜੀ ਇਸ ਵੇਲੇ ਉਹਨਾਂ ਦੇ ਸਮੂਹ ਪਰਿਵਾਰ ਨੇ ਰਲ ਮਿਲ ਕੇ ਆਪ ਜੀ ਦਾ ਓਟ ਆਸਮਾਨ ਤੱਕ ਦਿਆਂ, ਸਤਿਗੁਰੂ ਜੀ ਆਪ ਜੀ ਦੀ ਹਜ਼ੂਰੀ ਵਿੱਚ ਪਰਿਵਾਰ ਵਿੱਚ ਸੁਖ ਸ਼ਾਂਤੀ ਦੇ ਅਰੋਗਤਾ ਬਖਸ਼ਣੀ ਜੀ, ਇਸੇ ਤਰ੍ਹਾਂ ਹੀ ਆਪਣਾ ਮਿਹਰ ਭਰਿਆ ਤਰਾ ਕੇ ਗਰ ਘਰ ਦੀਆਂ ਸੇਵਾਵਾਂ ਗਰ ਘਰ ਦੇ ਨਾਲ ਜੋੜ ਕੇ ਰੱਖਣਾ ਦੇ ਸਭ ਸੰਗਤ ਬਖਸ਼ਣੀ ਸਤਿਗੁਰੂ ਜੀ ਉਸ ਵਿਛੜੀ ਹੋਈ ਆਤਮਾ ਨੂੰ। ਕਹਤ ਕਬੀਰ ਸੁਨਾਵੇ ਪ੍ਰਾਨੀ, ਛੋਡੋ ਮਨ ਕੇ ਪਰਮਾ, ਕੇਵਲ ਨਾਮ ਜਪੋ ਰੇ ਪ੍ਰਾਨੀ, ਪਰਹੁ ਏਕ ਕੇ ਸ਼ਰਨਾ।
ਖਾਲਸਾ ਵਾਹਿਗੁਰੂ ਜੀ ਕੀ। ਸੰਬਤ ਸਾਹਾ ਲਿਖਿਆ ਵਿਰਗਲ ਪਾਓ ਤੇਲ ਦੇ ਸਜਣਾ ਸਿਛੜੀਆਂ ਜੋ ਹੋਏ ਸਹਿ ਸੋਗੇ ਜਗ ਰਚਨਾ ਸਭ ਗੁਰ ਹੈ ਜਾਣ ਰਹੇ ਹੋਏ ਵੀ ਕਹਿ ਨਾਨਕ ਫਿਰ ਨਾ ਰਹੇ ਜੋ ਬਾਲੋ ਕੀ ਵੀ। ਕੁਝ ਕੀਤਾ ਨਹੀਂ ਜਾ ਸਕਦਾ ਪਰਮਾਤਮਾ ਅੱਗੇ ਕੋਈ ਜੋਰ ਨਹੀਂ ਜੋ ਹੈ ਅਸੀਂ ਚੱਲ ਸੀ ਸਭ ਕਿਉਂ ਆਈ ਵਾਰ ਚਿੰਤਾ ਤਾਂ ਕਿ ਚੀਜ਼ ਜਿਹੜਾ ਨਾ ਹੋਣੀ ਹੋਏ ਜਿਹੜਾ ਪਰਿਵਾਰ ਹਮੇਸ਼ਾ ਹੀ ਸਮਾਜ ਦੇ ਵਿੱਚ ਅਗਿਆਨੀ ਰੂਪ ਦੇ ਵਿੱਚ ਹਰ ਵਰਗ ਦੇ ਵਿੱਚ ਜਿੱਥੇ ਮਰਜ਼ੀ ਹੋਵੇ ਚਾਹੇ ਉਹ ਪੋਲੀਟੀਕਲ ਵਰਗ ਹੋਵੇ ਚਾਹੇ ਉਹ ਸਮਾਜਿਕ ਵਰਗ ਹੋਵੇ ਚਾਹੇ ਉਹ ਧਾਰਮਿਕ ਵਰਗ ਹੋਵੇ ਚਾਹੇ ਉਹ ਵਪਾਰਿਕ ਵਰਗ ਹੋਵੇ ਪ੍ਰੋਪਰਟੀ ਦੇ ਅਸੀਂ ਪ੍ਰੋਪਰਟੀ ਦੇ ਵਿੱਚ ਅਗਰ ਕਹਾਂਗੇ ਤਾਂ ਲੁਧਿਆਣੇ ਦੇ ਵਿੱਚ ਉਹ ਇੱਕ ਐਸੀ ਸ਼ਖਸੀਅਤ ਨੇ ਜਿਹੜੇ ਸਾਫ਼ ਸੁਥਰੀ ਛਵੀ ਦੇ ਨਾਲ ਨਾਤੇ ਨਾਲ ਜਾਣੇ ਜਾਂਦੇ ਨੇ ਜਿਨ੍ਹਾਂ ਦਾ ਪ੍ਰੋਪਰਟੀ ਦਾ ਬਹੁਤ ਅੱਛਾ ਵਿਵਸਾਏ ਹੈ। ਆਪਾਂ ਸਾਰੇ ਜਾਣਦੇ ਹਾਂ ਕਿ ਕੁਝ ਦਿਨ ਪਹਿਲਾਂ ਸੁਦੇਸ਼ ਬੇਦੀ ਜੀ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਸਕੇ ਸੰਬੰਧੀਆਂ ਨੂੰ ਸੰਜੀਵੀ ਕਾਲ ਲਈ ਮਸ਼ਹੂਰਾ ਦੇ ਗਏ ਸਨ। ਉਹਦੇ ਲਈ ਆਪਾਂ ਸੰਗਤ ਰੂਪ ਇਕੱਤਰ ਹੋ ਕੇ ਅਰਦਾਸ ਕਰਦੀ ਹੈ ਸਤਿਗੁਰ ਦੇ ਚਰਨਾਂ ਸਾਨੂੰ ਕਿਰਪਾ ਕਰਿਓ ਭੁੱਲਣ ਅੰਦਰ ਸਭ ਤੋਂ ਭੁੱਲ ਗੁਰੂ ਕਰਤਾ ਮਨੁੱਖਾਂ ਦੁਨੀਆਦਾਰਾਂ ਪਰਿਵਾਰਕ ਜ਼ਿੰਮੇਵਾਰੀਆਂ ਨਹਾਉਂਦੇ ਨੇ ਗਲਤੀਆਂ ਹੋ ਜਾਂਦੀਆਂ ਨੇ ਭੁੱਲਾਂ ਹੋ ਜਾਂਦੀਆਂ ਨੇ ਤੁਸੀਂ ਸੁਧਾਰ ਔਰ ਇਸ ਪਰਿਵਾਰ ਨੇ ਜਿਸ ਤਰੀਕੇ ਦੇ ਨਾਲ ਸੁਦੇਸ਼ ਜੀ ਦੀ ਸੇਵਾ ਕੀਤੀ ਉਹ ਵੀ ਅੱਜ ਦੇ ਸਮੇਂ ਦੇ ਵਿੱਚ ਇੱਕ ਆਪਣਾ ਆਪ 'ਚ ਬਹੁਤ ਵੱਡੀ ਚੀਜ਼ ਹੁੰਦੀ ਹੈ। ਦਸੋ ਲਿਖਿਆ ਜੀਵਨ ਦਾ ਹਿੱਸਾ ਲੇਕਿਨ ਅਸੀਂ ਆਪਣੇ ਸਵਾਸਾਂ ਦੀ ਪੂੰਜੀ ਕਿਸ ਤਰੀਕੇ ਦੇ ਨਾਲ ਖਰਚ ਕਰਕੇ ਜਾਂਦੇ ਹਾਂ ਇਸ ਦੁਨੀਆਂ ਤੋਂ ਇਹੀ ਪਿੱਛੇ ਇੱਕ ਰਹਿ ਜਾਂਦਾ ਪਰ ਜਾਣ ਜਾਣ ਦੇ ਬਚੱਤਰ ਹੈ ਜਦੋਂ ਕਿ ਇਨਸਾਨ ਆਪਣੀ ਪੂਰੀ ਆਰੀ ਹੋ ਕੇ ਦੁਨੀਆਂ ਤੋਂ ਜਾਂਦਾ ਤਾਂ ਪਰਿਵਾਰ ਨੂੰ ਬਰਦਾਸ਼ਤ ਕਰਨਾ ਬਹੁਤ ਔਖਾ ਹੁੰਦਾ। ਆਸਰਾ ਜਗਿੰਦਰ ਸਿੰਘ ਬੇਦੀ ਅਤੇ ਬੇਦੀ ਸਾਡੇ ਪੋਤੇ ਪੋਤੀਆਂ ਅਤੇ ਉਹਨਾਂ ਦੇ ਸਪੁੱਤਰੀ ਜਾਣਦੇ ਨੇ ਕਿ ਜਦ ਪਰਿਵਾਰ ਦੇ ਨਾਲ ਬੀਤ ਰਹੀ ਹੈ ਭਲਾ ਤਾਂ ਬਹੁਤ ਲੋਕਾਂ ਦਾ ਕੀਤਾ ਹੋਵੇਗਾ ਲੇਕਿਨ ਕਦੇ ਵੀ ਕਿਸੇ ਦਾ ਮਾੜਾ ਨਹੀਂ ਨਾ ਕੀਤਾ।